ਅੱਜ ਇੱਕ ਬਹੁਤ ਮਹੱਤਵਪੂਰਨ ਖਬਰ ਸਾਡੇ ਸਾਹਮਣੇ ਆਇਆ ਕਿ ਕੈਨੇਡਾ ਨੇ ਆਪਣੇ ਆਉਣ ਵਾਲੇ 3 ਸਾਲਾਂ ਦੀ ਇਮੀਗ੍ਰੇਸ਼ਨ ਨੀਤੀ ਦਾ ਐਲਾਨ ਕਰ ਦਿੱਤਾ। ਹਰ 3 ਸਾਲ ਬਾਅਦ ਕੈਨੇਡਾ ਅਗਲੇ 3 ਸਾਲਾਂ ਦੇ ਲਈ ਐਲਾਨ ਕਰਦਾ ਆ ਕਿ ਅਸੀਂ ਕਿੰਨੇ ਬੰਦੇ ਛੱਦਨੇ ਆ ਕਿਹੜੀ ਕੈਟਾਗਰੀ ਚ ਛੱਦਨੇ ਆ ਕਿੰਨੇ ਪੱਕੇ ਕਰਨੇ ਆ ਕੀ ਕੀਤਾ ਜਾਣਾ। ਉਹਦੇ ਲਈ ਇੱਕ ਪਾਥਵੇ ਦਿੱਤਾ ਜਾਂਦਾ ਸਪਾਊਸ ਕਿੰਨੇ ਆ ਜਿਹੜੇ ਫੈਮਿਲੀ ਰੀਯੂਨੀਫਿਕੇਸ਼ਨ ਕਿੰਨੇ ਆ ਪੇਰੈਂਟਸ ਗ੍ਰੈਂਡਪੇਰੈਂਟਸ ਕਿੰਨੇ ਆ ਉਹਦੀ ਡਿਟੇਲ 3 ਸਾਲ ਬਾਅਦ ਦਿੱਤੀ ਜਾਂਦੀ ਫਿਰ 3 ਸਾਲ ਉਹਦੇ ਤਹਿਤ ਕੰਮ ਕੀਤਾ ਜਾਂਦਾ। ਪਿਛਲੀ ਵਾਰ ਜਦੋਂ ਇਹ ਪਲਾਨ ਦਿੱਤੀ ਗਈ ਸੀ ਉਦੋਂ ਵੀ ਲਿਬਰਲ ਸਰਕਾਰ ਸੀ ਜਸਨ ਟੂਟੋ ਦੀ ਸਰਕਾਰ ਸੀ ਇਸ ਵਾਰੀ ਵੀ ਜਸਨ ਟੂਟੋ ਦੀ ਸਰਕਾਰ ਹੈ ਇਹਦੇ ਤਹਿਤ ਦੱਸਿਆ ਗਿਆ ਕਿ 1.3 ਮਿਲੀਅਨ ਨਵੇਂ ਇਮੀਗਰੈਂਟ ਦੇਸ਼ ਦੇ ਵਿੱਚ ਅਗਲੇ 3 ਸਾਲਾਂ ਦੇ ਵਿੱਚ ਸੱਦੇ ਜਾਣਗੇ 13 ਲੱਖ ਬੰਦਾ ਅਗਲੇ 3 ਸਾਲਾਂ ਦੇ ਵਿੱਚ ਮਤਲਬ ਇਸ ਸਾਲ ਦੇ ਸਮੇਤ 3 ਸਾਲਾਂ ਦੇ ਵਿੱਚ ਕੈਨੇਡਾ ਨੇ ਪੱਕਾ ਕਰਨਾ ਹੈ ਚਾਹੇ ਉਹ ਇੱਥੇ ਰਹਿੰਦੇ ਚਾਹੇ ਬਾਹਰੋਂ ਕੈਨੇਡਾ ਨੂੰ ਹਮੇਸ਼ਾ ਹੀ ਇਮੀਗਰੈਂਟਸ ਦੀ ਲੋੜ ਰਹਿੰਦੀ ਹੈ ਇਸ ਗੱਲ ਨੂੰ ਅੱਜ ਸਾਡੇ ਇਮੀ ਇਮੀਗ੍ਰੇਸ਼ਨ ਮੰਤਰੀ ਨੇ ਵੀ ਕਿਹਾ ਆ ਕਿ ਇਹ ਜਿਹੜੇ ਲੋਕ ਨੇ ਇਮੀਗ੍ਰੇਸ਼ਨ ਜਿਹੜੀ ਆ ਜਿਹੜਾ ਕੈਨੇਡਾ ਅੱਜ ਜੇ ਕੈਨੇਡਾ ਇਨਾ ਵਧੀਆ ਆ ਕੈਨੇਡਾ ਦੀ ਜਿਹੜੀ ਹਾਲਤ ਅੱਜ ਦੀ ਆ ਇਹਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਯੋਗਦਾਨ ਆ ਤੇ ਇਮੀਗ੍ਰੇਸ਼ਨ ਮਿਨਿਸਟਰ ਸ਼ਾਨ ਫਰੇਜ਼ਰ ਨੇ ਅੱਜ ਜਿਹੜੀ ਇੱਕ ਨਿਊਜ਼ ਕਾਨਫਰੰਸ ਕੀਤੀ ਆ ਉਹਦੇ ਵਿੱਚ 2022 2023 ਤੇ 2024 ਦੀ ਇਮੀਗ੍ਰੇਸ਼ਨ ਪਲੈਨ ਨੂੰ ਪਲੈਨ ਨੂੰ ਦੱਸਿਆ ਹੁਣ ਇਹ ਦੱਸਿਆ ਜਾ ਰਿਹਾ ਕਿ ਫੋਕਸ ਜਿਹੜਾ ਇਕਨੋਮਿਕ ਰਿਕਵਰੀ ਦੇ ਉੱਤੇ ਆ ਕੋਵਿਡ ਦੇ ਨਾਲ ਹਾਲਤ ਮਾੜੀ ਹੋ ਗਈ ਹੈ ਇਕਨੋਮਿਕ ਖਾਲਤ ਆਰਥਿਕ ਖਾਲਤ ਉਹਨੂੰ ਕਿੱਦਾਂ ਰਿਕਵਰ ਕਰਨਾ ਹੈ ਇਹਨੂੰ ਰਿਕਵਰ ਕਰਨ ਦੇ ਵਿੱਚ ਸਾਡੇ ਇਮੀਗ੍ਰੇਸ਼ਨ ਮੰਤਰੀ ਦੇ ਕਹਿਣ ਅਨੁਸਾਰ ਇਮੀਗ੍ਰੇਸ਼ਨ ਇੱਕ ਬਹੁਤ ਵੱਡਾ ਇੰਪੋਰਟੈਂਟ ਫੈਕਟਰ ਆ ਇਹਦੇ ਨਾਲ ਅਸੀਂ ਇਕਨੋਮਿਕਲੀ ਰਿਕਵਰ ਹੋ ਸਕਦੇ ਹਾਂ ਖੜੇ ਹੋ ਸਕਦੇ ਹਾਂ ਇਹਦੇ ਵਿੱਚ ਬਹੁਤ ਸਾਰੀ ਜਿਹੜੀ ਸੈਕਟਰਸ ਨੇ ਇਕਨੋਮੀ ਦੀ ਉਹਦੇ ਵੱਖ-ਵੱਖ ਪਲਾਨ ਜਿਹੜਾ ਇਸ ਵੇਲੇ ਆਮ ਤੌਰ ਦੇ ਤੇ ਨਵੰਬਰ ਦੇ ਵਿੱਚ ਅਨਾਉਂਸ ਕੀਤਾ ਜਾਂਦਾ ਡਿਲੇ ਹੋ ਗਿਆ ਸੀ ਸਤੰਬਰ ਦੇ ਵਿੱਚ ਫੈਡਰਲ ਐਕਸ਼ਨ ਸੀਗੀ ਫਰੋਦੇ ਤੋਂ ਬਾਅਦ ਸਰਕਾਰ ਬਣਨੀ ਸੀ ਇਹ ਸਾਰਾ ਕੁਝ ਕਰਕੇ ਇਹ ਥੋੜਾ ਜਿਹਾ ਅ ਅੱਗੇ ਚਲਿਆ ਗਿਆ ਤੇ ਹੁਣ ਜਿਹੜਾ ਨਵਾਂ ਪਲੈਨ ਆ ਇਹਦੇ ਵਿੱਚ ਇਹਨਾਂ ਨੇ ਇਹ ਦੱਸਿਆ ਆ ਕਿ 431645 ਬੰਦੇ 2022 ਦੇ ਵਿੱਚ ਮਤਲਬ ਇਸ ਸਾਲ ਪੱਕੇ ਕੀਤੇ ਜਾਣਗੇ 431645 ਅਗਲੇ ਸਾਲ ਥੋੜਾ ਜਿਹਾ ਵੱਧ ਜਾਣੇ 2023 ਦੇ ਵਿੱਚ 447055 2023 ਦੇ ਵਿੱਚ ਮਾਫੀ ਚਾਹੁੰਦਾ ਅਗਲੇ ਸਾਲ 2023 ਦੇ ਵਿੱਚ ਤੇ 2024 ਦੇ ਵਿੱਚ 451000 ਭਾਵੇਂ 4.5 ਲੱਖ ਦੇ ਕਰੀਬ ਬੰਦਾ ਜਿਹੜਾ ਪੱਕਾ ਕੀਤਾ ਜਾਊਗਾ 1.14% ਦੇ ਹਿਸਾਬ ਦੇ ਨਾਲ ਇਹ ਵਧਦਾ ਜਾਂਦਾ ਹਰ ਸਾਲ 1.3 ਮਿਲੀਅਨ ਟੋਟਲ ਦੇ ਵਿੱਚ 431645 ਇਸ ਸਾਲ 44755 ਅਗਲੇ ਸਾਲ ਤੇ 451000 ਉਹ ਤੋਂ ਅਗਲੇ ਸਾਲ ਯਾਨੀ ਕਿ 2024 ਦੇ ਵਿੱਚ ਕੈਨੇਡਾ ਨੇ ਪੱਕਾ ਕਰਨਾ ਪਿਛਲੇ 3 ਸਾਲਾਂ ਨਾਲੋਂ ਇਹ ਗਿਣਤੀ ਕਾਫੀ ਵਾਧਾ ਪਿਛਲੇ ਸਾਲ 2021 ਦੇ ਵਿੱਚ ਦਸੰਬਰ ਦੇ ਵਿੱਚ 4 ਲੱਖ 5000 ਬੰਦੇ ਨੂੰ ਪੱਕਾ ਕਰ ਦਿੱਤਾ ਸੀ ਇੱਥੇ ਭਾਵ ਉਹਨਾਂ ਨੂੰ ਪੀਆਰ ਮਿਲ ਗਈ ਸੀ ਪਰਮਨੈਂਟ ਰੈਜ਼ਿਡੈਂਸੀ ਇੱਥੇ ਦੀ ਮਿਲ ਗਈ ਸੀ ਸੋ ਜਿਹੜਾ ਇਹ ਇਮੀਗ੍ਰੇਸ਼ਨ ਵੱਖਰੇ ਵੱਖਰੇ ਲੈਵਲ ਦਾ ਪਲਾਨ ਦੱਸਿਆ ਗਿਆ ਆ ਇਹਦੇ ਵਿੱਚ ਇੱਕ ਬਹੁਤ ਵੱਡੀ ਹੋਰ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ 1.8 ਮਿਲੀਅਨ ਐਪਲੀਕੇਸ਼ਨ ਸਿਸਟਮ ਦੇ ਵਿੱਚ ਸਾਡੇ ਪਾਈਲ ਅਪ ਹੋਈਆਂ ਪਈਆਂ ਬੈਕਲੌਗ ਆ ਉਹਨਾਂ ਦਾ ਵੀ ਕੁਐਸਚਨਾਂ ਕੁਝ ਕੀਤਾ ਜਾਊਗਾ ਦਸੰਬਰ ਦੇ ਤੱਕ 548195 ਪਰਮਨੈਂਟ ਰੈਜ਼ੀਡੈਂਸ ਐਪਲੀਕੇਸ਼ਨ ਸੀਗੀਆਂ ਜਿਹੜੀਆਂ ਇਸ ਵੇਲੇ ਪੈਂਡਿੰਗ ਪਈਆਂ 775741 ਟੈਂਪੋਰਰੀ ਰੈਜ਼ੀਡੈਂਸ ਦੀਆਂ ਐਪਲੀਕੇਸ਼ਨਸ ਪਈਆਂ ਇਸੇ ਤਰ੍ਹਾਂ ਸਟੱਡੀ ਤੇ ਵਰਕ ਪਰਮਿਟ ਵਾਲੇ ਹੈਗੇ ਆ 468000 ਸਿਟੀਨਸ਼ਿਪ ਤੇ ਜਿਹੜੀ ਐਪਲੀਕੇਸ਼ਨ ਆ ਉਹ ਇਸ ਵੇਲੇ ਲਾਈਨ ਦੇ ਵਿੱਚ ਐ ਸੋ 1.8 ਮਿਲੀਅਨ 18 ਲੱਖ ਦੇ ਕਰੀਬ ਜਿਹੜੀਆਂ ਇਹ ਪਿਛਲੀਆਂ ਐਪਲੀਕੇਸ਼ਨ ਪਈਆਂ ਇਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਹੱਲ ਕੀਤਾ ਜਾਊਗਾ ਪ੍ਰਾਈਮਰ ਸੁਜਨਟੂਡੋ ਹੋਰਾਂ ਨੇ ਇਹਦੇ ਬਾਰੇ ਕਾਫੀ ਉਹ ਜਿਹੜੇ ਹਾਂ ਪੱਖੀ ਹੁੰਦੇ ਆ ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਮੰਨਿਆ ਵੀ ਜਾਂਦਾ ਕਿ ਉਹਨਾਂ ਦੇ ਵੇਲੇ ਬਹੁਤ ਸਾਰੀ ਇਮੀਗ੍ਰੇਸ਼ਨ ਹੋਈ ਆ ਕ੍ਰਿਟਿਕ ਇਸ ਗੱਲ ਦੇ ਉੱਤੇ ਵੀ ਲੋਚਨਾ ਕਰ ਰਿਹਾ ਵੀ ਪਹਿਲਾਂ ਜਿਹੜੀਆਂ ਪੈਂਡਿੰਗ ਐਪਲੀਕੇਸ਼ਨ ਪਈਆਂ ਉਹਨਾਂ ਦਾ ਕੁਛ ਨਾ ਕੁਛ ਕੀਤਾ ਜਾਵੇ ਉਹਦੇ ਲਈ ਸਟਾਫ ਚਾਹੀਦਾ ਉਹਦੇ ਲਈ ਮੈਨ ਪਾਵਰ ਚਾਹੀਦੀ ਉਹਨੂੰ ਕਰਨ ਦੇ ਲਈ ਉਹਦੇ ਲਈ ਵੱਖ-ਵੱਖ ਨੀਤੀਆਂ ਸਮੇਂ-ਸਮੇਂ ਦੇ ਉੱਤੇ ਬਣਾਈਆਂ ਜਾ ਰਹੀਆਂ ਫੈਡਰਲ ਸਰਕਾਰ ਨੇ ਜਿਹੜਾ 827 ਮਿਲੀਅਨ ਡਾਲਰ ਪੰਜ ਸਾਲਾ ਪਲਾਨ ਦੇ ਵਿੱਚ ਇਸ ਡਿਪਾਰਟਮੈਂਟ ਨੂੰ ਦਿੱਤਾ ਆ ਤਾਂ ਕਿ ਇਹ ਸਾਰੇ ਕੁੱਝ ਨੂੰ ਬੈਕਲੌਗ ਨੂੰ ਕੱਢਿਆ ਜਾ ਸਕੇ ਇਹਨੂੰ ਸਾਰੇ ਨੂੰ ਠੀਕ-ਠਾਕ ਕੀਤਾ ਜਾ ਸਕੇ ਸੋ ਇਸ ਵੇਲੇ ਅਗਲੇ 3 ਸਾਲਾਂ ਦੇ ਲਈ 1.3 ਮਿਲੀਅਨ ਲੋਕਾਂ ਨੂੰ ਪੱਕੇ ਕੀਤਾ ਜਾਣਾ ਜਿਹਦੇ ਵਿੱਚ ਬਹੁਤ ਸਾਰੇ ਬਾਹਰੋਂ ਵੱਖ-ਵੱਖ ਕੈਟਾਗਰੀ ਦੇ ਵਿੱਚ ਆਉਣੇ ਆ ਜਿਹਦੇ ਵਿੱਚ ਮਾਪੇ ਵੀ ਆ ਜਿਹਦੇ ਵਿੱਚ ਜਿਹੜੇ ਸਪਾਊਸ ਵੀ ਹੈ ਜਿਹਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਹੁੰਦੀ ਆ ਕੁੱਲ ਮਿਲਾ ਕੇ ਇਮੀਗ੍ਰੇਸ਼ਨ ਕੈਨੇਡਾ ਦੇ ਲਈ ਬਹੁਤ ਮਹੱਤਵਪੂਰਨ ਆ ਤੇ ਜਿਹੜੇ ਲੋਕ ਕੈਨੇਡਾ ਦੇ ਵਿੱਚ ਆ ਕੇ ਵਸਣਾ ਚਾਹੁੰਦੇ ਆ ਉਹਨਾਂ ਲਈ ਇੱਕ ਬਹੁਤ ਚੰਗੀ ਖਬਰ ਵੀ ਆ ਕਿਉਂਕਿ ਇਮੀਗ੍ਰੇਸ਼ਨ ਜਿੰਨੀ ਕੈਨੇਡਾ ਨੂੰ ਚਾਹੀਦੀ ਆ ਉਹਦੀ ਗਿਣਤੀ ਦੇ ਵਿੱਚ ਵਾਧਾ ਕੀਤਾ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ